السلام علیکم دوستو ਤੁਸੀਂ ਵੇਖ ਰਹੇ ਹੋ پاک پنجاب ٹی وی ਤੇ ਮੈਂ ਹਟ ਵਟਾ ਦੋਸਤ عبد الوہاب دوستو ماشاءاللہ ਅੱਜ ਮੇਟ ਵਟਾ ਵਾਸਤੇ ਗੈਰਾਬਾਦ ਇੰਤਖਾਈ ਸਸਤੀ ਇਹ ਜ਼ਮੀਨ ਦੀ ਵੀਡੀਓ ਲੈ ਕੇ ਆਜ਼ਰ ਹੋਇਆ انشاءاللہ امید ہے ਕਿ ਤੁਹਾਨੂੰ ਇਹ ਬੜੀ ਪਸੰਦ ਆਵੇਗੀ بڑے ਦੋਸਤ ਕਹਿੰਦੇ ਸੀ ਕਿ ਜ਼ਮੀਨ ਹੋਵੇ ਗੈਰਾਬਾਦ ਤੇ ਇੰਤਖਾਈ ਸਸਤੀ ਹੋਵੇ ਤੇ ਖਾਸ ਗੱਲ ਇਹ ਕਿ ਦੋਸਤ ਮੇਰੇ ਕਹਿੰਦੇ ਸੀ ਕਿ ਜਿੰਦੇ ਵਿੱਚੋਂ ਅਸੀਂ ਥੋੜੀ ਜ਼ਮੀਨ ਵੀ ਲੈ ਸਕੀ ਏ ਦੋਸਤੋ ਵੈਸੇ ਤਾਂ ਇਹ ਜ਼ਮੀਨ ਹੈਗੀ 7000 ਕਨਾਲ ਗੈਰਾਬਾਦ ਲੇਕਿਨ ਇੰਦੇ ਵਿੱਚ ਤੁਹਾਨੂੰ ਭਰਾਵਾਂ ਨੂੰ ਕਮ ਜ਼ਮੀਨ ਵੀ ਮਿਲ ਸਕਦੀ ਏ ਕਮ ਜ਼ਮੀਨ ਕਿੰਨੀ ਮਿਲ ਸਕਦੀ ਏ ਇਹ ਮਕਮਲ ਜ਼ਮੀਨ ਕਿੰਨੀ ਹੈ ਇਹ ਜਾਣ ਵਾਸਤੇ ਦੋਸਤੋ ਆਪਣੀ ਵੀਡੀਓ ਦੇਖਣੀ ਹੈ ਮਕਮਲ ਐਂਡ ਤੱਕ ਦੋਸਤੋ ਆਪਣੀ ਮੂਵੀ ਕੋਈ ਵੀ ਇੰਨੀ ਜ਼ਿਆਦਾ ਲੰਬੀ ਨਹੀਂ ਹੁੰਦੀ ਸਿਰਫ ਆਪਣਾ ਮਕਸਦ ਹੈ ਹੀ ਹੁੰਦਾ ਹੈ ਕਿ ਭਰਾਵਾਂ ਨੂੰ ਤਸੱਲੀ ਨਾਲ ਸਮਝਾ ਦਈਏ ਤੇ ਹਰ ਗੱਲਬਾਤ ਕਲੀਅਰ ਕਰ ਦਈਏ ਸਭ ਤੋਂ ਪਹਿਲੇ ਆਪਾਂ ਤੁਹਾਨੂੰ ਦੋਸਤਾਂ ਨੂੰ ਦੱਸਾਂਗੇ ਇਹ ਜ਼ਮੀਨ ਦੀ ਮੁਕੰਮਲ ਲੋਕੇਸ਼ਨ ਦੋਸਤੋ ਜ਼ਿਲ੍ਹਾ اٹਕ ਤਹਿਸੀਲ ਜੰਡ तकरीबन 2 ਕਿਲੋਮੀਟਰ ਕੱਚਾ ਰਸਤਾ ਤੇ ਪਿੱਛੇ ਲਿੰਕ ਰੋਡ ਆ ਰਿਹਾ ਹੈ ਇਸ ਤੋਂ ਇਲਾਵਾ ਆਬਾਦੀ ਦੇ ਬਿਲਕੁਲ ਕਰੀਬ ਹੈ ਮੇਨ ਰੋਡ ਤੋਂ 10-12 ਕਿਲੋਮੀਟਰ ਦੂਰ ਹੈ ਤੇ ਲਿੰਕ ਰੋਡ ਆ ਰਿਹਾ ਹੈ ਸਰੁਰਕਬੇ ਦੇ ਕਰੀਬ ਆ ਕੇ 2 ਕਿਲੋਮੀਟਰ ਰਸਤਾ ਕੱਚਾ ਹੋ ਜਾਂਦਾ ਹੈ ਦੋਸਤੋ ਇਸ ਰਕਬੇ ਤੋਂ ਆਬਾਦੀ ਵੀ ਅੱਧਾ ਕਿਲੋਮੀਟਰ ਦੂਰ ਹੈ ਤੇ ਬਿਜਲੀ ਵੀ ਸਿਰਫ ਅੱਧਾ ਕਿਲੋਮੀਟਰ ਦੂਰ ਹੈ ਬਿਜਲੀ ਵੀ ਤੇ ਆਬਾਦੀ ਵੀ ਸਿਰਫ ਅੱਧਾ-ਅੱਧਾ ਕਿਲੋਮੀਟਰ ਦੂਰ ਆਪਣੀ ਇਸ 7000 ਕਨਾਲ ਜ਼ਮੀਨ ਤੋਂ ਦੋਸਤੋ ਇਹ 7000 ਕਨਾਲ ਜ਼ਮੀਨ ਹੈ ਕੌਣ ਕਿ ਦੋਸਤਾਂ ਨੂੰ ਪਤਾ ਹੈ ਕਿ ਉਸ ਸਿਰ ਤੇ ਕਿ ਕਈ ਇਲਾਕੇ ਪਾਕਿਸਤਾਨ ਚ ਐਸੇ ਹੈਗੇ ਨੇ ਜਿੱਥੇ ਕਿ ਕਨਾਲ ਦੀ ਗਿਣਤੀ ਹੁੰਦੀ ਹੈ ਲੋਕ ਕਨਾਲ ਪੁੱਛਦੇ ਨੇ ਕਿ ਕਿੰਨੀ ਕਨਾਲ ਲਗੀ ਹੈ ਤੇ ਕੁਝ ਇਲਾਕੇ ਐਸੇ ਹੈਗੇ ਨੇ ਜਿੱਥੇ ਕਿ ਇਹ ਮਾਲੂਮ ਹੁੰਦਾ ਹੈ ਕਿ ਏਕੜ ਕਿੰਨੀ ਹੈ ਦੋਸਤ ਪੁੱਛਦੇ ਪੁੱਛਦੇ ਨੇ ਕਿ ਜ਼ਮੀਨ ਕਿੰਨੀ ਏਕੜ ਹੈ ਇਸ ਵਾਸਤੇ ਆਪਾਂ ਗੱਲ ਕਰਦੇ ਪਏ ਆ 7000 ਕਨਾਲ ਦੀ ਅਗਰ ਜਿਹੜੇ ਉਸ ਮੇਰੇ ਇਲਾਕੇ ਦੇਗੇ ਨੇ ਉਹਨਾਂ ਵਾਸਤੇ ਮੈਂ ਦੱਸ ਦਿੰਨਾ ਪਹਿਲੇ ਹੀ ਵਸੇ ਤਾਂ ਦੋਸਤੋ ਨੇ ਆਪ ਹੀ حساب ਲਗਾ ਲਿਆ ਹੋਣਾ ਲੇਕਿਨ ਮੇਰਾ ਵੀ ਫਰਜ਼ ਬਣਦਾ ਹੈ ਕਿ ਪ੍ਰੋਬਲਮ ਦੱਸ ਦਵਾਂ ਦੋਸਤੋ ਇਹ ਬਣਦੀ ਪਈ 800 ਤੇ 75 ਏਕੜ 800 ਤੇ 75 ਏਕੜ ਜ਼ਮੀਨ ਬਣਦੀ ਪਈ ਏ ਜਿਹੜੀ ਕਿ 7000 ਕਨਾਲ ਏ ਅਗਰ ਆਪਾਂ ਇਹਨੂੰ ਤਕਸੀਮ ਕਰੀਏ ਮਰਬੇ ਦੇ ਵਿੱਚ ਤੇ ਇਹ ਬਣਦੇ ਪੈਣੇ 35 ਮਰਬੇ ਦੋਸਤੋ ਇਹ 35 ਮਰਬੇ 35 ਮਰਬੇ ਗੈਰ ਆਬਾਦ ਜ਼ਮੀਨ 875 एकड़ एक गैर आबादी जमीन ਤੇ 7000 ਕਨਾਲ ਇਹ غیر آباد زمین ਦੋਸਤੋ ਇਹਦੇ ਵਿੱਚੋਂ ਆਪਾਂ ਕਮਜ਼ ਕਮ 1500 ਕਨਾਲ ਜ਼ਮੀਨ ਲੈ ਸਕਨੇ ਆ ਮਿਸਾਲ ਤੌਰ ਤੇ 180 85 ਜਾਂ 190 ਕੜਾ ਜ਼ਮੀਨ ਇਹਦੇ ਵਿੱਚੋਂ ਲੈ ਸਕਨੇ ਆ ਕਿਸੇ ਦੋਸਤ ਨੇ ਇਸ ਤੋਂ ਘੱਟ ਲੈਣ ਦੀ ਖੁਸ਼ੀਅਤ ਦੇ ਹੋਣ ਤੁਸੀਂ ਫਿਰ ਵੀ لازمی ਰਾਬਤਾ ਕਰਨਾ ਹੈ ਡਾਕਟਰ ਸਾਹਿਬ ਨਾਲ ਤੁਹਾਨੂੰ ਡਾਕਟਰ ਸਾਹਿਬ ਦਾ WhatsApp ਨੰਬਰ ਐਂਡ ਕਾਲ ਨੰਬਰ ਸਾਮਣੇ ਸਕਰੀਨ ਤੇ ਮਿਲ ਜਾਏਗਾ ਦੋਸਤੋ ਮਤਲਬ ਕਿ ਆਪਾਂ ਇਹਦੇ ਵਿੱਚੋਂ ਕੋਈ 6-7 ਮਰਬੇ ਜਾਂ ਫਿਰ 8-10 ਮਰਬੇ ਆਪਾਂ ਥੋੜੀ ਜ਼ਮੀਨ ਲੈ ਸਕਨੇ ਆ ਤੁਸੀਂ ਡਾਕਟਰ ਸਾਹਿਬ ਨਾਲ لازਮੀ ਰਾਬਤਾ ਕਰਨਾ ਕਿ ਹੋ ਸਕਦਾ ਤੁਹਾਨੂੰ ਇਸ ਤੋਂ ਘੱਟ ਜ਼ਮੀਨ ਵੀ ਮਿਲ ਜਾਵੇ ਡਾਕਟਰ ਸਾਹਿਬ ਨੇ ਸਕਰੀਨ ਤੇ ਤੁਹਾਨੂੰ ਭਰਾਵਾਂ ਨੂੰ ਜਿਹੜਾ ਕਿ ਡਾਕਟਰ ਮਨੀਰ ਅਵਾਨ ਸਾਹਿਬ ਹੈਗੇ ਨੇ ਦੋਸਤੋ ਨੂੰ ਪਤਾ ਕਿ ਆਪਨੇ ਨਾਲ ਕੰਮ ਕਰਦੇ ਪਏ ਨੇ ਇਹ ਅਟਕ ਇਹ ਚਕਵਾਲ ਇਹ 라ਵਲਪਿੰਡੀ ਇਹ ਜਲਮ ਦੋਸਤੋ ਉਸ ਸਾਈਡ ਤੋਂ ਆਪਰ ਨੂੰ ਕਿਹਦੇ ਮੂਵੀ ਸੈਂਡ ਕਰਦੇ ਨੇ ਤੇ ਆਪਾਂ ਸਾਹਮਣੇ ਸਕਰੀਨ ਤੇ ਨੰਬਰ ਲਿਖ ਕੇ ਤੇ ਲਾ ਛੱਡਦੇ ਹੁੰਦੇ ਆ ਇਹ ਸਾਹਮਣੇ ਸਕਰੀਨ ਤੇ ਪਰਾਵਾਂ ਨੂੰ ਡਾਕਟਰ ਸਾਹਿਬ ਦਾ WhatsApp ਨੰਬਰ ਐਂਡ ਕਾਲ ਨੰਬਰ ਮਿਲ ਜਾਏਗਾ ਦੋਸਤੋ ਹੁਣ ਆਪ ਗੱਲ ਕਰਾਂਗੇ ਇਹ ਜ਼ਮੀਨ ਦੀ ਡਿਮਾਂਡ ਦੇ ਬਾਰੇ ਚ ਵੈਸੇ ਤਾਂ ਲੀਮਾਨਡ ਮੈਂ ਸਾਹਮਣੇ ਸਕਰੀਨ ਤੇ ਥਾਮ ਮਿਲ ਤੇ ਇਲੈਕਟ੍ਰੀਕ ਸੀ ਲੇਕਨ ਫਿਰ ਵੀ ਮੇ ਪਰਾਵ ਨੂੰ ਦੀ ਦੀ ਮੰਗ ਹੈਗੀ ਕੀਮਤ ਹੈਗੀ ਇੱਕ ਨਾਲ ਦੀ ਵੀ ਏਕੜ ਦੀ ਵੀ ਇਹ ਮਰਬੇ ਦੀ ਵੀ ਤੁਹਾਨੂੰ ਪਰਾਵ ਨੂੰ ਇਸ ਮੂਵੀ ਦੇ ਅੰਦਰ ਦੱਸ ਦੇਣਾ ਦੋਸਤੋ ਇਸ ਗੈਰ ਆਬਾਦ ਜ਼ਮੀਨ ਦੀ ਫੀ ਕਨਾਲ ਦੀ ਕੀਮਤ ਹੈਗੀ 50000 ਰੁਪਿਆ ਦੋਸਤੋ 50000 ਰੁਪਿਆ ਫੀ ਕਨਾਲ ਦੀ ਕੀਮਤ ਹੈ ਅਗਲਾ ਪਾ ਤਕਸੀਮ ਕਰੀਏ ਏਕੜ ਦੇ ਵਿੱਚ ਤੇ ਫੀ ਏਕੜ ਦੀ ਕੀਮਤ ਹੈਗੀ 4 ਲੱਖ ਰੁਪਿਆ ਦੋਸਤੋ 4 ਲੱਖ ਰੁਪਇਆ ਫੀ ਏਕੜ ਦੀ ਕੀਮਤ ਹੈ ਅਗਰ ਆਪਾਂ ਗੱਲ ਕਰੀਏ ਮਰਬੇ ਦੀ ਤੇ ਫਿਰ 1 ਕਰੋੜ ਰੁਪਇਆ ਫੀ ਮਰਬੇ ਦੀ ਕੀਮਤ ਹੈ ਇਸ ਤੋਂ ਇਲਾਵਾ ਦੋਸਤੋ ਕੋਈ ਵੀ ਗੱਲਬਾਤ ਮਜ਼ੀਦ ਰਹਿ ਗਈ ਹੋਵੇ ਇਸ ਰਕਬੇ ਦੇ ਬਾਰੇ ਚ ਕਿਉਂਕਿ ਦੋਸਤੋ ਪਤਾ ਹੈ ਕਿ ਆਪਣੀ ਰਹਿਸ਼ ਹੈਗੀ ਅਰਫਾਲੇ ਤਹਿਸੀਲ ਅਰਫਾਲਾ ਇਹ ਜ਼ਿਲ੍ਹਾ ਪਾਕਪਤਨ ਤੇ ਅਰਫਾਲੇ ਸ਼ਹਿਰ ਚ ਆਪਣਾ ਆਫਿਸ ਹੈ ਆਪਣਾ ਦਫ਼ਤਰ ਹੈ ਇਸ ਲਾਕੇ ਚ ਆਪਣੇ ਕੋਲ ਮਾਸ਼ਾਅੱਲਾ ਕਾਫੀ ਰਕਬੇ ਹੈਗੇ ਨੇ ਹਰ ਤਰ੍ਹਾਂ ਦੇ ਹੈਗੇ ਨੇ ਤੇ ਜੇ ਜਿਸ ਮੀਨ ਹੈਗੀ ਤੁਸੀਂ ਇਹਦੇ ਬਾਰੇ ਚ ਕੋਈ ਵੀ ਗੱਲਬਾਤ ਰਹਿ ਗਈ ਵੇ ਤੁਸੀਂ ਗੱਲ ਕਰਨੀ ਹੈ ਡਾਕਟਰ ਮਨੀਰ ਐਵਾਨ ਸਾਹਿਬ ਨਾਲ ਉਹਨਾਂ ਦਾ WhatsApp ਨੰਬਰ ਐਂਡ ਕਾਲ ਨੰਬਰ ਤੁਹਾਨੂੰ ਪਰਵਾਹ ਨੂੰ ਸਾਹਮਣੇ ਸਕਰੀਨ ਤੇ ਮਿਲ ਗਿਆ ਤੁਸੀਂ ਇਸ ਨੰਬਰ ਤੇ ਕਾਲ ਵੀ ਕਰ ਸਕਦੇ ਜੀ ਤੇ WhatsApp ਤੇ ਮੈਸੇਜ ਵੀ ਕਰ ਸਕਦੇ ਜੀ ਦੋਸਤੋ ਇਹ ਹੀ ਉਹਨਾਂ ਦਾ ਕਾਲ ਨੰਬਰ ਹੈ ਤੇ ਇਹ ਹੀ ਉਹਨਾਂ ਦਾ WhatsApp ਨੰਬਰ ਹੈ ਤੇ ਦੋਸਤੋ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਸਾਡੀ ਵੀਡੀਓ ਲਾਈਕ ਤੇ ਸ਼ੇਅਰ ਇਹ ਜ਼ਰੂਰ ਕਰੋ ਇਨਸ਼ਾਅੱਲਾ ਤਾਲਾ ਮਿਲਾਂਗੇ ਅਗਲੀ ਵੀਡੀਓ ਤੇ ਖੁਦਾ ਹਫਜ਼